ਸਤਿ ਸ਼੍ਰੀ ਅਕਾਲ। ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਰਿੰਦਰ ਕੰਬੋਜ ਤਾਂ ਇਸ ਵੇਲੇ ਅਸੀਂ PPR ਮਾਰਕੀਟ 'ਚ ਮੌਜੂਦ ਹੈਗੇ ਔਰ ਥੋੜ੍ਹੇ ਸਮੇਂ ਦੇ ਬਾਅਦ ਇੱਥੇ ਨਵੇਂ ਸਾਲ ਦਾ ਸੈਲੀਬ੍ਰੇਸ਼ਨ ਹੋਣਾ ਆ, ਲੋਕਾਂ ਨੇ ਆਉਣਾ ਆ ਤਾਂ ਲੋਕ ਆ ਵੀ ਰਹੇ ਆ ਔਰ ਵੱਡੀ ਗੱਲ ਇਹਦੇ ਵਿੱਚ ਇਹ ਤੁਹਾਨੂੰ ਦੱਸ ਦੇਵਾਂ, ਲੋਕ ਆ ਰਹੇ ਆ ਔਰ ਫੈਮਿਲੀ ਵਾਲੇ ਲੋਕ ਆ ਰਹੇ ਆ ਔਰ ਉਹਨਾਂ ਦਾ ਖਾਸ ਕਰਕੇ ਕਹਿਣਾ ਕਿ ਸਾਨੂੰ ਬਹੁਤ ਖੁਸ਼ੀ ਹੈ ਜਿਹੜਾ ਪੁਲਿਸ ਨੇ ਇਸ ਵੇਲੇ ਉਪਰਾਲਾ ਕੀਤਾ, ਕਿਉਂਕਿ ਬੈਰੀਗੇਟਿੰਗ ਕੀਤੀ ਗਈ ਹੈ, ਨੋ ਵਹੀਕਲ ਜ਼ੋਨ ਜਿਹੜਾ ਹੈਗਾ ਉਹ ਬਣਾਇਆ ਗਿਆ, ਇੱਥੇ ਕਿਸੇ ਵੀ ਵਹੀਕਲ ਨੂੰ ਇਸ ਏਰੀਆ ਦੇ ਵਿੱਚ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈਗੀ ਔਰ ਜਿਹੜੇ ਫੈਮਿਲੀ ਦੇ ਲੋਕ ਆ ਉਹ ਬਹੁਤ ਖੁਸ਼ ਹੈਗੇ ਨੇ। ਉਹਨਾਂ ਦਾ ਸਾਫ਼ ਕਹਿਣਾ ਕਿ ਸਾਨੂੰ ਬਹੁਤ ਖੁਸ਼ੀ ਆ ਕਿ ਜੋ ਪੁਲਿਸ ਵੱਲੋਂ, ਜੋ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਜੋ ਉਪਰਾਲਾ ਕੀਤਾ ਗਿਆ ਉਹ ਬਹੁਤ ਸ਼ਲਾਘਾਯੋਗ ਹੈ। ਕਾਰਨ ਕਿ ਪਿਛਲੀ ਦਫ਼ਾ ਜਦੋਂ ਇੱਥੇ ਆਏ ਸੀਗੇ ਉਹ ਤੇ ਹੁੱਲੜਬਾਜ਼ ਲੋਕ ਜਿਹੜੇ ਸੀਗੇ, ਲੋਕ ਸ਼ਰਾਬ ਪੀ ਕੇ, ਸ਼ਰਾਬ ਦਾ ਸੇਵਨ ਕਰਕੇ ਇੱਥੇ ਹੁੱਲੜਬਾਜ਼ੀ ਕਰਦੇ ਸੀਗੇ, ਉਹਨਾਂ ਕਰਕੇ ਉਹਨਾਂ ਦਾ ਨਵੇਂ ਸਾਲ ਦਾ ਜਿਹੜਾ ਪ੍ਰੋਗਰਾਮ ਸੀ ਉਹ ਕਿਰਕਿਰਾ ਹੋ ਗਿਆ ਸੀਗਾ। ਇਸ ਕਰਕੇ ਇਸ ਵਾਰ ਉਹ ਬੜੀ ਖੁਸ਼ੀ ਦੇ ਨਾਲ, ਬੜੇ ਹਜੂਮ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਇੱਥੇ ਪਹੁੰਚ ਰਹੇ ਨੇ ਔਰ ਨਵੇਂ ਸਾਲ ਦਾ ਸੈਲੀਬ੍ਰੇਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ। ਮੇਰੇ ਨਾਲ ਗਿੱਲ ਸਾਹਿਬ ਮੌਜੂਦ ਹੈਗੇ ਨੇ। ਗਿੱਲ ਸਾਹਿਬ, ਇੱਕ ਲੋਕਾਂ ਨਾਲ ਗੱਲਬਾਤ ਕੀਤੀ ਆ, ਉਹ ਕਹਿੰਦੇ ਕਿ ਬੜਾ ਸ਼ਲਾਘਾਯੋਗ ਕਦਮ ਚੁੱਕਿਆ ਸਵਪਨ ਸ਼ਰਮਾ ਕਮਿਸ਼ਨਰ, ਪੁਲਿਸ ਕਮਿਸ਼ਨਰ ਵੱਲੋਂ ਕਿ ਬੈਰੀਗੇਡਿੰਗ ਕੀਤੀ ਹੋਈ ਆ ਔਰ ਫੈਮਿਲੀ ਦੇ ਲੋਕ ਬਹੁਤ ਖੁਸ਼ ਹੈਗੇ ਨੇ ਇੱਥੇ ਪਹੁੰਚ ਕੇ, ਕਿਉਂਕਿ ਪਿਛਲੀ ਦਫ਼ਾ ਜਦੋਂ ਆਏ ਸੀਗੇ ਹੁੱਲੜਬਾਜ਼ਾ ਕਰਕੇ ਉਹਨਾਂ ਦੀ ਖੁਸ਼ੀ ਵਿੱਚ ਥੋੜ੍ਹੀ ਜਿਹੀ ਕਮੀ ਆ ਗਈ ਸੀਗੀ, ਕਿਉਂਕਿ ਹੁੱਲੜਬਾਜ਼ਾ ਦੇ ਨਾਲ ਜਿਹੜੀ ਹੁੱਲੜਬਾਜ਼ੀ ਕਰਦੇ ਆ ਉਹਨਾਂ ਦੀ ਕਿਤੇ ਨਾ ਕਿਤੇ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀਗਾ। ਕਿਵੇਂ ਇਸ ਵੇਲੇ ਹੋਰ ਕੀ ਪ੍ਰਬੰਧ ਕੀਤੇ ਗਏ ਨਵੇਂ ਸਾਲ ਨੂੰ ਲੈ ਕੇ? ਦੇਖੋ ਜੀ, ਸਾਡੇ CP ਸਾਹਿਬ ਵੱਲੋਂ ਇਹ ਹੁਕਮ ਸੀਗੇ ਵੀ ਜਿਹੜਾ ਇਹ PPR ਮਾਰਕੀਟ ਜਿਹੜੀ ਹੈਗੀ ਆ ਇਹਨੂੰ ਨੋ ਵਹੀਕਲ ਜ਼ੋਨ ਬਣਾਇਆ ਹੈਗਾ। ਜਿਹੜੀ ਅਰਬਨ ਸਟੇਟ ਵਾਲੇ ਪਾਸੋਂ ਐਂਟਰੀ ਹੁੰਦੀ ਆ ਉੱਥੇ ਬੈਰੀਗੇਡਿੰਗ ਕਰਕੇ ਫੋਰਸ ਲਾਈ ਗਈ ਆ। ਉਹ ਤੋਂ ਬਾਅਦ ਜਿਹੜੀ ਆ ਮਿੱਠਾਪੁਰ ਰੋਡ ਹੈਗੀ ਆ ਇਹਦੇ ਵਾਲੇ ਪਾਸੋਂ ਵੀ ਅਸੀਂ ਬੈਰੀਗੇਡ ਕਰਕੇ ਇੱਥੇ ਫੋਰਸ ਲਾਈ ਆ ਔਰ ਇਹਨੂੰ ਟੋਟਲ ਜਿਹੜੀ PPR ਮਾਰਕੀਟ ਹੈਗੀ ਆ ਇਹਨੂੰ ਨੋ ਵਹੀਕਲ ਜ਼ੋਨ ਬਣਾਇਆ ਹੈਗਾ। ਦੋਨਾਂ ਪਾਸੇ ਪਾਰਕਿੰਗ ਦਾ ਪ੍ਰੋਵੀਜ਼ਨ ਹੈਗਾ ਔਰ ਆਲਰੇਡੀ ਸਾਡੀ ਫੋਰਸ ਲੱਗੀ ਹੋਈ ਆ ਔਰ ਪਾਰਕਿੰਗ ਵਾਸਤੇ ਟ੍ਰੈਫਿਕ ਦੇ ਵੱਖਰੇ ਮੁਲਾਜ਼ਮ ਲਾਏ ਹੋਏ ਆ ਔਰ ਫੈਮਿਲੀਜ਼ ਜਿਹੜੀਆਂ ਹੈਗੀਆਂ ਉਹ ਬਿਨਾਂ ਫੀਅਰ ਬੇਝਿਜਕ ਹੋ ਕੇ ਜਿਹੜੇ ਆਪਣੇ ਨਵੇਂ ਸਾਲ ਦੇ ਵਿੱਚ ਇੱਥੇ ਆਉਣ, ਆ ਕੇ ਆਪਣਾ ਇੰਜੋਏ ਕਰਨ। ਜਿਹੜੇ ਹੁੱਲੜਬਾਜ਼ਾਂ ਵਾਲੀ ਤੁਸੀਂ ਗੱਲ ਕੀਤੀ ਹੈਗੀ ਆ ਉਹ ਬਿਲਕੁਲ ਕੋਈ ਟੋਲਰੈਂਸ ਜਿਹੜੀ ਹੈਗੀ ਆ ਉਹ ਨਹੀਂ ਬਰਦਾਸ਼ਤ ਨਹੀਂ ਕੀਤੀ ਜਾਊਗੀ ਔਰ ਵਹੀਕਲ ਤਾਂ ਇੱਥੇ ਐਂਟਰ ਕਰ ਨਹੀਂ ਸਕਦਾ। ਜੇ ਤੋਂ ਬਾਅਦ ਵੀ ਕੋਈ ਹੁੱਲੜਬਾਜ਼ ਕੋਈ ਸ਼ਰਾਬ ਪੀ ਕੇ ਜਾਂ ਕਿਸੇ ਕਿਸਮ ਦੀ ਕੋਈ ਕਾਨੂੰਨ ਨੂੰ ਆਪਣੇ ਹੱਥ 'ਚ ਲਊਗਾ ਤੇ ਉਹਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਅਮਲ 'ਚ ਲਿਆਂਦੀ ਜਾਊਗੀ। ਕਹਿੰਦਾ ਮਤਲਬ ਜਿਹੜਾ ਇਸ ਇਲਾਕੇ ਇਸ ਏਰੀਆ ਤੋਂ ਲੈ ਕੇ ਜਿੱਥੋਂ PPR ਮਾਰਕੀਟ ਸਟਾਰਟ ਹੁੰਦੀ ਆ ਔਰ 500 ਮੀਟਰ ਤੋਂ ਅੱਗੇ ਤੀਕਰ ਇਹ ਇੱਥੇ ਕਿਸੇ ਵੀ ਤਰ੍ਹਾਂ ਦਾ ਵਹੀਕਲ ਜਿਹੜਾ ਹੈਗਾ ਉਹ ਨਹੀਂ ਆਏਗਾ। ਬਿਲਕੁਲ ਜੀ, ਇਹ ਕਿਸੇ ਇਹ ਨੋ ਵਹੀਕਲ ਜ਼ੋਨ ਹੈਗਾ, ਨਾ ਮੋਟਰਸਾਈਕਲ ਔਰ ਨਾ ਸਕੂਟਰ, ਨਾ ਕੋਈ ਵਹੀਕਲ, ਕੋਈ ਗੱਡੀ, ਕਾਰ ਕਿਸੇ ਵੀ ਕਿਸਮ ਦੀ ਨਹੀਂ, ਜਿਹੜੀ ਇੱਥੇ ਐਂਟਰੀ ਨਹੀਂ ਹੈਗੀ ਆ। ਵੀ ਇਹ ਅੱਜ ਵਾਸਤੇ ਹੀ ਆ ਜਾਂ ਹੋਰ ਵੀ ਕੋਈ ਦਿਨ ਮੁਕਰਰ ਕੀਤਾ ਗਿਆ ਵੀ ਅੱਜ ਹੀ ਸਿਰਫ ਆ ਜਾਂ ਹੋਰ ਵੀ ਕੋਈ ਦਿਨ ਹੈਗੇ? ਇਹ ਸਿਰਫ ਓਨਲੀ ਫਾਰ ਨਿਊ ਈਅਰ ਵਾਸਤੇ ਹੈਗਾ। ਨਿਊ ਈਅਰ ਦੇ ਵਿੱਚ ਜਿਹੜਾ ਹੈਗਾ ਇਹ ਲੋਕਾਂ ਨੂੰ, ਲੋਕ ਤੁਰ ਫਿਰ ਕੇ ਜਿਹੜਾ ਹੈਗਾ ਇਸ ਮਾਰਕੀਟ ਦੇ ਵਿੱਚ ਆਉਣ, ਆਪਣੇ ਬੱਚਿਆਂ ਨਾਲ ਆਉਣ, ਆਪਣੀ ਫੈਮਿਲੀ ਨਾਲ ਆਉਣ, ਆ ਕੇ ਆਪਣਾ ਨਿਊ ਈਅਰ ਇੰਜੋਏ ਕਰਨ ਤਾਂ ਕਿ ਜਿਹੜਾ ਹੈਗਾ ਆਪਣਾ ਨਵੇਂ ਸਾਲ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਮਨਾਇਆ ਜਾ ਸਕੇ। ਇੱਕ ਤਾਂ ਲਾਸਟ ਕੁਐਸਚਨ ਹੈਗਾ ਕਿ ਸਿਰਫ ਜਿਹੜੀ ਟਾਈਮਿੰਗ ਹੈਗੀ ਆ ਉਹ ਕਿੰਨੀ ਕੁ ਰੱਖੀ ਗਈ ਆ, 12 ਵਜੇ ਜਾਂ ਸਮਥਿੰਗ ਕੁਛ ਹੋਰ ਵੀ ਲੋਕ 19 ਵਜੇ ਤੱਕ ਹੀ ਇੱਥੇ ਆ ਸਕਣ, ਉਸ ਤੋਂ ਬਾਅਦ ਬਿਲਕੁਲ ਮਾਰਕੀਟ ਕਲੋਜ਼ ਹੋ ਜਾਏਗੀ? ਦੇਖੋ ਜੀ, ਪਹਿਲਾਂ ਜਿਹੜਾ ਟਾਈਮ ਸੀਗਾ ਉਹ ਸੀਗਾ ਰੈਸਟੋਰੈਂਟਸ ਤੇ ਹੋਟਲਸ ਦਾ 12 ਵਜੇ ਤੱਕ, ਪਰ ਨਿਊ ਈਅਰ ਕਰਕੇ ਜਿਹੜਾ ਹੈਗਾ ਉਹ ਰਿਲੈਕਸੇਸ਼ਨ ਦਿੱਤੀ ਗਈ ਆ, ਉਹ 1 ਵਜੇ ਤੱਕ ਇਹਨਾਂ ਨੂੰ ਟਾਈਮ ਅਸੀਂ ਨੋਟ ਕਰਾਇਆ ਹੈਗਾ ਵੀ 1 ਵਜੇ ਤੱਕ ਆਪਣੇ ਇਹ ਜਿਹੜੇ ਰੈਸਟੋਰੈਂਟ ਖੋਲ ਸਕਦੇ ਆ ਜਾਂ ਜਿਹੜੀਆਂ ਫੂਡ ਚੇਨਸ ਹੈਗੀਆਂ ਨੇ
ਉਹ 1 ਵਜੇ ਤੱਕ ਆਪਣੇ ਖੋਲ ਕੇ ਜਿਹੜੀਆਂ ਲੋਕਾਂ ਨੂੰ ਆਪਣੀ ਸਰਵਿਸ ਦੇ ਸਕਦੇ। ਇੱਕ ਲਾਸਟ ਕੁਐਸਚਨ ਹੈਗਾ ਗਿੱਲ ਸਾਹਿਬ, 1 ਵਜੇ ਤੋਂ ਬਾਅਦ ਜੇ ਕੋਈ ਦੁਕਾਨ ਜਾਂ ਕੋਈ ਰੈਸਟੋਰੈਂਟ ਜਾਂ ਕੋਈ ਰੇਹੜੀ ਵਾਲਾ ਨਜ਼ਰ ਆਉਂਦਾ, ਉਹਦੇ ਤੇ ਕਾਰਵਾਈ ਕੀਤੀ ਜਾਊਗੀ? ਦੇਖੋ ਏਦਾਂ ਨਿਊ ਈਅਰ ਦੇ ਵਿੱਚ ਜੇ ਕੋਈ 1 ਵਜੇ ਤੇ ਲਾਸਟ ਆਰਡਰ ਦਿੱਤਾ ਕਿਸੇ ਫੈਮਿਲੀ ਨੇ, ਜੇ ਕੋਈ ਬੈਠਾ ਖਾਣਾ ਖਾ ਰਿਹਾ ਹੈਗਾ ਔਰ ਪੀਸਫੁਲੀ ਜਿਹੜਾ ਹੈਗਾ ਕਰਕੇ, ਉਸ ਤੋਂ ਬਾਅਦ ਪਰ ਇਹਨੂੰ 1 ਵਜੇ ਤੋਂ ਬਾਅਦ ਜੇ ਕੋਈ ਖੁੱਲਿਆ ਮਿਲਦਾ ਹੈਗਾ ਤੇ ਉਹਦੇ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਊ। ਤਾਂ ਬਿਲਕੁਲ ਕੋਸ਼ਿਸ਼ ਕਰਾਂਗੇ ਫੈਮਿਲੀਜ਼ ਨਾਲ ਗੱਲ ਕਰਨ ਦੀ ਵੀ, ਕਿਉਂਕਿ ਨਵੇਂ ਸਾਲ ਦਾ ਮਾਹੌਲ ਹੈਗਾ ਔਰ ਲੋਕ ਜਿਹੜੇ ਫੈਮਿਲੀ ਨਾਲ ਪਿਛਲੇ ਸਾਲ ਜਦੋਂ ਆਏ ਸੀਗੇ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀਗਾ, ਔਰ ਇਸ ਵਾਰ ਜਿਹੜੇ ਲੋਕ ਆਏ ਹੈਗੇ ਆ ਉਹਨਾਂ ਦਾ ਕੀ ਵਤੀਰਾ ਹੈਗਾ, ਉਹਨਾਂ ਦਾ ਕੀ ਕਹਿਣਾ ਹੈਗਾ, ਕਿਉਂਕਿ ਕਿਤੇ ਨਾ ਕਿਤੇ ਫਰਕ ਤਾਂ ਪਿਆ ਹੈਗਾ ਸੋਭਨ ਸ਼ਰਮਾ ਕਮਿਸ਼ਨਰ ਦੇ ਇਸ ਕਾਰਗੁਜ਼ਾਰੀ ਕਰਕੇ। ਸਰ ਕਿਵੇਂ ਲੱਗਦਾ ਹੈਗਾ, ਕਿਉਂਕਿ ਕਿਤੇ ਨਾ ਕਿਤੇ ਸੋਭਨ ਸ਼ਰਮਾ ਨੇ ਜਿਹੜੀ ਕਾਰਵਾਈ ਕੀਤੀ ਹੈਗੀ ਆ, ਕਿਉਂਕਿ ਪਿਛਲੇ ਦਿਨਾਂ ਵਿੱਚ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ, ਤੁਹਾਨੂੰ ਕਿਵੇਂ ਲੱਗਦਾ ਜਿਹੜੀ ਕਾਰਵਾਈ ਹੋਈ ਹੈ? ਮੈਂ ਸਰ ਅੰਮ੍ਰਿਤਸਰ ਤੋਂ, ਮੈਂ ਪਿਛਲੇ ਸਾਲ ਇੱਥੇ ਆਇਆ ਸੀ, ਬੜਾ ਅੱਛਾ ਅਰੇਂਜਮੈਂਟ, ਬਹੁਤ ਅੱਛਾ ਅਰੇਂਜਮੈਂਟ, ਜੈ ਸੇਮ ਲਾਈਕ ਲਾਰੈਂਸ ਰੋਡ ਨਾ ਸਾਡੇ ਅੰਮ੍ਰਿਤਸਰ 'ਚ, ਸੇਮ ਇਸ ਤਰ੍ਹਾਂ ਹੀ ਆ, ਬੜਾ ਸੇਫ ਫੈਮਿਲੀ ਨਾਲ ਆਪਾਂ ਘੁੰਮ ਫਿਰ ਸਕਦੇ ਹਾਂ, ਕੋਈ ਦਿੱਕਤ ਨਹੀਂ ਆਈ, ਕੋਈ ਨਿੱਕੇ ਪੈਸੇ ਦਿੱਕਤ ਨਹੀਂ ਆਈ, ਟਾਈਮਲੀ ਆਪਾਂ ਇੰਜੋਏ ਕੀਤਾ, ਨੱਚੇ ਟੱਪੇ, ਘਰ ਗਏ, ਬੜਾ ਮਜ਼ਾ ਆਇਆ। ਜਿਹੜਾ ਕਮਿਸ਼ਨਰ ਸਾਹਿਬ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ, ਬਹੁਤ ਅੱਛਾ, ਕੋਈ ਸ਼ਿਕਾਇਤ ਨਹੀਂ। ਮੈਂ ਰੀਸੈਂਟਲੀ 2 ਸਾਲ ਪਹਿਲੇ ਦੀ ਗੱਲ ਕਰ ਰਿਹਾ, ਜਦੋਂ ਮੈਂ ਅੰਮ੍ਰਿਤਸਰ ਤੋਂ ਸ਼ਿਫਟ ਹੋ ਕੇ ਜਲੰਧਰ ਆਇਆ, ਮੈਂ ਪਹਿਲੀ ਵਾਰੀ ਇੱਥੇ ਆਇਆ ਤੇ ਦੇਖਿਆ ਬੜਾ ਅੱਛਾ, ਬਹੁਤ ਨਾਈਸ ਲੋਕ ਆ, ਕੋਈ ਆਈ ਸੇਫਟੀ ਫੈਮਿਲੀ ਪ੍ਰਵਰਤੀ ਸੇਫ, ਨਿਊ ਈਅਰ ਮਨਾ ਲਈ ਲੋਕੀ ਫੈਮਿਲੀ ਨਹੀਂ ਲੈ ਕੇ ਆਉਂਦੇ ਕਿ ਲਾਲਾ ਲਾਲਾ ਹੋਏਗੀ, ਪਰ ਇੱਥੇ ਮੈਨੂੰ ਐਸਾ ਕੋਈ ਨਹੀਂ ਲੱਗਾ, ਸਾਰੇ ਆਪਣੇ ਮਸਤ ਆ, ਇੰਜੋਏ ਕੀਤਾ, ਬੜਾ ਵਧੀਆ ਲੱਗਾ, ਔਰ ਮੈਂ ਦੂਸਰੀ ਵਾਰੀ ਫੇਰ ਆਇਆ, ਅੱਛਾ ਅਰੇਂਜਮੈਂਟ, ਬਹੁਤ ਅੱਛਾ। ਧੰਨਵਾਦ ਦੈਨਿਕ ਸਵੇਰਾ ਟੀਵੀ ਨਾਲ ਜੁੜਨ ਲਈ। ਤਾਂ ਜਿਹੜੇ ਲੋਕ ਪਿਛਲੇ ਸਾਲਾਂ ਦੇ ਵਿੱਚ ਜਦੋਂ ਇੱਥੇ ਆਏ ਸੀਗੇ ਕਿਤੇ ਨਾ ਕਿਤੇ ਅਨਸੇਫ ਮਹਿਸੂਸ ਕਰਦੇ ਸੀ ਆਪਣੇ ਆਪ ਨੂੰ, ਪਰ ਪੁਲਿਸ ਕਮਿਸ਼ਨਰ ਸੋਭਨ ਸ਼ਰਮਾ ਦੀ ਕਾਰਗੁਜ਼ਾਰੀ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਬੈਨੀਫਿਟ ਜ਼ਰੂਰ ਮਿਲਿਆ, ਔਰ ਆਪਣੀ ਫੈਮਿਲੀ ਆਪਣੇ ਬੱਚਿਆਂ ਨਾਲ, ਕਿਉਂਕਿ ਨਵਾਂ ਸਾਲ ਹਰੇਕ ਦਾ ਦਿਲ ਕਰਦਾ ਕਿ ਉਹ ਸੈਲੀਬ੍ਰੇਸ਼ਨ ਕਰੇ, ਪਰ ਕਿਤੇ ਨਾ ਕਿਤੇ ਜਿਹੜੀ ਇਹ ਮਾਹੌਲ ਜਿਹੜਾ ਕਮਿਸ਼ਨਰ ਸਾਹਿਬ ਵੱਲੋਂ ਬਣਾਇਆ ਗਿਆ ਉਸਨੂੰ ਦੇਖ ਕੇ ਉਹਨਾਂ ਦਾ ਦਿਲ ਵੀ ਲਸ਼ ਲਸ਼ ਕਰ ਉੱਠਿਆ, ਔਰ ਉਹਨਾਂ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਲੋਕ ਇੱਥੇ ਆਏ ਪਹੁੰਚੇ ਹੋਏ ਨੇ, ਔਰ ਜੋ ਇਸ ਵੇਲੇ ਅਸੀਂ ਵੀ ਮਾਹੌਲ ਦੇਖ ਰਹੇ ਹਾਂ ਕਾਫੀ ਸੁਖਾਵਾਂ ਹੈਗਾ, ਔਰ ਲੋਕ ਸੈਲੀਬ੍ਰੇਸ਼ਨ ਕਰਦੇ ਹੋਏ ਨਜ਼ਰ ਆ ਰਹੇ। ਮੈਂ ਇੱਕ ਵਾਰੀ ਕੈਮਰਾਮੈਨ ਨੂੰ ਜ਼ਰੂਰ ਕਹੂੰਗਾ ਵੀ ਤਸਵੀਰਾਂ ਦਿਖਾ ਦੇਣ ਕਿ ਸਿਰਫ ਉਹੀ ਲੋਕ ਉਹੀ ਵੀਲ ਟੂ ਵੀਲਰ ਜਿਹੜੇ ਇੱਥੇ ਆ ਰਹੇ, ਕਿਉਂਕਿ ਜਿਹਨਾਂ ਨੇ ਫੂਡ ਲੈ ਕੇ ਇੱਥੋਂ ਅੱਗੇ ਡਿਲੀਵਰ ਕਰਨਾ ਹੈਗਾ। ਬਾਕੀ ਜੇ ਗੱਲ ਕਰੀਏ ਟੂ ਵੀਲਰ ਦੀ, ਫੋਰ ਵੀਲਰ ਦੀ, ਜਿਹੜੇ ਪ੍ਰਾਈਵੇਟ ਵਹੀਕਲ ਹੈਗੇ ਆ ਉਹਨਾਂ ਦਾ ਇੱਥੇ ਆਉਣਾ ਬਿਲਕੁਲ ਮਨਾਹੀ ਹੈ, ਉਹਨਾਂ ਨੂੰ ਕੋਈ ਵੀ ਇੱਥੇ ਐਂਟਰੀ ਨਹੀਂ ਕਰਨ ਦਿੱਤੀ ਜਾ ਰਹੀ। ਨੋ ਵਹੀਕਲ ਜ਼ੋਨ ਜਿਹੜਾ ਉਹ ਐਲਾਨਿਆ ਗਿਆ ਹੈਗਾ, ਜਿੰਨਾ ਵੀ ਇਹ 500 ਮੀਟਰ ਦਾ ਏਰੀਆ ਹੈਗਾ PPR ਮਾਰਕੀਟ ਦਾ, ਔਰ ਲੋਕ ਵੀ ਪੁਲਿਸ ਕਮਿਸ਼ਨਰ ਸੋਭਨ ਸ਼ਰਮਾ ਦੇ ਇਸ ਕਾਰਜ ਨੂੰ ਸ਼ਲਾਘਾ ਦਿੰਦੇ ਹੋਏ ਨਜ਼ਰ ਆ ਰਹੇ ਨੇ। ਮੈਂ ਇੱਕ ਵਾਰੀ ਫਿਰ ਦੁਬਾਰਾ ਆਪਣੇ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗਾ ਕਿ ਆਪਾਂ ਕੋਸ਼ਿਸ਼ ਕਰਦੇ ਹਾਂ ਦੁਬਾਰਾ ਆਪਣੇ ਪਰਿਵਾਰ ਵਾਲੇ ਸਾਰੇ ਗੱਲ ਕਰ ਸਕਦੇ। ਲੱਗਦਾ ਕਿ ਪਿਛਲੇ ਸਾਲ ਨਾਲੋਂ, ਜਿਹੜੇ ਪਿਛਲੇ ਸਾਲ ਲੰਘ ਚੁੱਕੇ ਆ ਉਹਨਾਂ ਨਾਲੋਂ ਐਤਕੀ ਅਸੀਂ ਇੱਥੇ PPR ਮਾਰਕੀਟ 'ਚ ਸੁਖਾਵਾਂ ਮਾਹੌਲ ਜਿਹੜਾ ਹੈਗਾ ਉਹ ਦੇਖ ਰਹੇ ਹਾਂ? ਅੱਗੇ ਨਾਲੋਂ ਸਹੀ ਹੈ ਕਾਫੀ, ਇਹਦਾ ਪਿਛਲੀ ਵਾਰ ਜਿੰਨਾ ਰਸ਼ ਹੋਇਆ ਹੈ ਉਹਦੇ ਨਾਲ ਸਹੀ ਸਿਸਟਮ ਕੀਤਾ ਹੈ ਪੁਲਿਸ ਵਾਲਿਆਂ ਨੇ ਵੀ। ਨੋ ਵਹੀਕਲ ਜ਼ੋਨ ਜਾਂ ਫੈਮਿਲੀ, ਪਹਿਲਾਂ ਤੁਸੀਂ ਆਏ ਸੀਗੇ ਕੁਝ ਹੋਰ ਨਜ਼ਰ ਆ ਰਿਹਾ ਸੀ, ਕੁਝ ਲੱਗ ਰਿਹਾ? ਕਾਫੀ ਅੱਛਾ ਹੁਣ, ਮਤਲਬ ਸਿਕਿਉਰਿਟੀ ਕਾਫੀ ਅੱਛੀ ਕਰ ਦਿੱਤੀ ਹੈ, ਕੋਈ ਰੋਲਾ ਰੱਪਾ ਨਹੀਂ ਹੈਗਾ, ਸਾਫ ਸੁਥਰਾ ਹੈ, ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਹੋ? ਹਾਂਜੀ ਸਹੀ ਹੈ, ਬਾਕੀ ਪੈਦਲ ਲੱਗ ਨਹੀਂ ਤਾਂ ਅੱਗੇ ਗੱਡੀਆਂ ਲੱਤਾਂ 'ਚ ਜਾਂਦੀਆਂ ਰਹਿੰਦੀਆਂ ਸੀਗੀਆਂ, ਹੁਣ ਠੀਕ ਹੈ।
ਬਿਲਕੁਲ ਜਿੱਦਾਂ ਕਿ ਪਰਿਵਾਰ ਵਾਲੇ ਮੈਂਬਰ ਮਿਲੇ ਆ ਉਹਨਾਂ ਨਾਲ ਵੀ ਗੱਲ ਕੀਤੀ ਸੀ, ਹੋਰ ਮੈਂਬਰ ਸੀਗੇ ਉਹਨਾਂ ਨਾਲ ਵੀ ਗੱਲ ਕੀਤੀ ਸੀ। ਕਾਫੀ ਸੁਖਾਵਾ ਮਾਹੌਲ ਜਿਹੜਾ ਇਸ ਵੇਲੇ PPR ਮਾਰਕੀਟ ਵਿੱਚ ਨਜ਼ਰ ਆ ਰਿਹਾ। ਔਰ ਤਾਜ਼ਾ ਤੇ ਨਵੀਂ ਅਪਡੇਟ ਲਈ ਦੇਖਦੇ ਰਹੋ ਦੈਨਿਕ ਸਵੇਰਾ TV, ਤਾਂ ਮੈਨੂੰ ਦਿਓ ਇਜਾਜ਼ਤ, ਧੰਨਵਾਦ।